ਤਾਂ ਉਧਰ ਦੂਸਰੇ ਪਾਸੇ ਦੁਆਬੇ ਦੇ ਦੁਆਬੇ ਚ ਕਾਂਗਰਸ ਦੇ ਵੱਡੇ ਲੀਡਰ ਮਹਿੰਦਰ ਸਿੰਘ ਕੇਪੀ ਜੋ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਰੀਬੀ ਰਿਸ਼ਤੇਦਾਰ ਨੇ ਉਹਨਾਂ ਦੇ ਰਿਸ਼ਤੇਦਾਰ ਹੈ ਹਾਲਾਂਕਿ ਉਹਨਾਂ ਦੀ ਗੱਡੀ ਦਾ ਜਿਹੜਾ ਐਕਸੀਡੈਂਟ ਹੋ ਗਿਆ ਉਹਨਾਂ ਦਾ ਪਰਿਵਾਰ ਦੇ ਨਾਲ ਉਹ ਫਲੋਰ ਤੋਂ ਨੂਰ ਮਹਿਲ ਦੇ ਵਿੱਚ ਇੱਕ ਪੈਲਸ ਚੋ ਵਿਆਹ ਸਮਾਗਮ ਚੋ ਵਾਪਸ ਘਰ ਪਰਤ ਰਹੇ ਸੀ ਤਾਂ ਰਸਤੇ ਦੇ ਵਿੱਚ ਉਹਨਾਂ ਦਾ ਗੱਡੀ ਦਾ ਐਕਸਲ ਟੁੱਟ ਜਾਂਦਾ ਤੇ ਐਕਸਲ ਟੁੱਟਣ ਦੇ ਕਾਰਨ ਟਾਇਰ ਫੱਟ ਜਾਂਦਾ ਟਾਇਰ ਫੱਟਣ ਦੇ ਕਾਰਨ ਉਹਨਾਂ ਦੀ ਸਾਹਮਣੇ ਤੋਂ ਆ ਰਹੀ ਟਰੈਕਟਰ ਟਰਾਲੀ ਦੇ ਨਾਲ ਗੱਡੀ ਦੀ ਟੱਕਰ ਹੋ ਜਾਂਦੀ ਹੈ ਜ਼ਬਰਦਸਤ ਟੱਕਰ ਦੇ ਵਿੱਚ ਗੱਡੀ ਤਾਂ ਨੁਕਸਾਨੀ ਜਾਂਦੀ ਹੈ ਪਰ ਜਿਹੜਾ ਇਹ ਰਾਹਤ ਦੀ ਖ਼ਬਰ ਹੈ ਕਿ ਜਿਹੜਾ ਕਾਂਗਰਸੀ ਲੀਡਰ ਤੇ ਸਾਬਕਾ ਸੰਸਦ ਮੈਂਬਰ ਹੈ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਵੀ ਕੋਈ ਨੁਕਸਾਨ ਜਾਂ ਉਹਨਾਂ ਦੇ ਪਰਿਵਾਰ ਨੂੰ ਨਹੀਂ ਹੋਇਆ ਤਾਂ ਮਹਿੰਦਰ ਸਿੰਘ ਕੇਪੀ ਉਹ ਹੀ ਨੇ ਜਿਨ੍ਹਾਂ ਨੇ ਵਿਧਾਨ ਸਭਾ ਚੋਣਾਂ ਪਿਛਲੀਆਂ ਦੇ ਵਿੱਚ ਇਹ ਦਾਅਵਾ ਕੀਤਾ ਸੀ ਤੇ ਜਦੋਂ ਵਿਧਾਨ ਸਭਾ ਹਲਕਾ ਆਦਮਪੁਰ ਤੋਂ ਦਾਵੇਦਾਰੀ ਕਰ ਰਹੇ ਸੀ ਤਾਂ ਮਹਿੰਦਰ ਸਿੰਘ ਕੇਪੀ ਨੂੰ ਟਿਕਟ ਨਹੀਂ ਸੀ ਦਿੱਤੀ ਗਈ ਹਾਲਾਂਕਿ ਉਸ ਸਮੇਂ ਚਰਨਜੀਤ ਸਿੰਘ ਚੰਨੀ ਇਹਨਾਂ ਦੇ ਕਰੀਬੀ ਰਿਸ਼ਤੇਦਾਰ ਹੈਗੇ ਨੇ ਤਾਂ ਉਹਨਾਂ ਦੀ ਦਾ ਵੀ ਜਿਹੜਾ ਹੈ ਕਿਤੇ ਨਾ ਕਿਤੇ ਉਹਨਾਂ ਦੀ ਵੀ ਨਹੀਂ ਚੱਲ ਪਾਈ ਸੀ ਤਾਂ ਇਸ ਕਰਕੇ ਪਾਰਟੀ ਤੋਂ ਕਾਫੀ ਨਰਾਜ਼ ਹੋ ਗਏ ਸਨ ਹਾਲਾਂਕਿ ਬਾਅਦ ਵਿੱਚ ਚਰਨਜੀਤ ਸਿੰਘ ਚੰਨੀ ਨੇ ਇਹਨਾਂ ਨੂੰ ਮਨਾ ਲਿਆ ਸੀ ਤਾਂ ਹੁਣ ਇੱਕ ਹੋਰ ਵੱਡੀ ਖਬਰ ਜਿਹੜੀ ਤੁਹਾਨੂੰ ਅਸੀਂ ਦਿਖਾਈ ਸੀ ਕਿ ਜਲੰਧਰ ਦੇ ਰੇਲਵੇ ਸਟੇਸ਼ਨ ਤੇ ਇੱਕ ਲਾਲ ਬੈਗ ਜਿਸ ਦੇ ਵਿੱਚ লাশ ਰੱਖੀ ਹੋਈ ਸੀ ਤਾਂ ਉਸ ਮਾਮਲੇ ਦੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਇਸ ਦੇ ਵਿੱਚ ਜਿਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਉਸ ਨੂੰ ਫੜ ਲਿਆ ਗਿਆ ਤਾਂ ਇਸ ਘਟਨਾ ਨੂੰ ਅੰਜਾਮ ਦੇਣ ਵਾਲਾ ਮੁਹੰਮਦ ਇਸ਼ਤਿਆਕ ਐਮ ਡੀ ਮੁਹੰਮਦ ਇਸ਼ਤਿਆਕ ਹੈ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਮੁਹੰਮਦ ਇਸ਼ਤਿਆਕ ਐਮ ਡੀ ਇਹ ਇਸਨੇ ਜਿਹੜਾ ਮੁਹੰਮਦ ਬਬਲੂ ਮੁਹੰਮਦ ਸ਼ਮੀਕ ਮੁਹੰਮਦ ਸ਼ਮੀਕ ਬਬਲੂ ਦਾ ਕਤਲ ਕੀਤਾ ਸੀ ਕਤਲ ਕਾਰਨ ਇਹ ਸੀ ਐਮ ਡੀ ਜੋ ਮੁਹੰਮਦ ਇਸ਼ਤਿਆਕ ਹੈ ਉਸਨੇ ਬਬਲੂ ਦਾ ਕਤਲ ਤਾਂ ਕੀਤਾ ਕਿ ਬਬਲੂ ਦੇ ਭਰਾ ਜੋ ਬਿਹਾਰ ਦੇ ਰਹਿਣ ਵਾਲੇ ਆ ਦੋਵੇਂ ਕਠਿਆਰ ਦੇ ਰਹਿਣ ਵਾਲੇ ਕਠਿਆਰ ਜ਼ਿਲ੍ਹੇ ਦੇ ਬਬਲੂ ਦੇ ਭਰਾ ਦੇ ਨਾਲ ਜਿਹੜੀ ਹੈ ਐਮ ਡੀ ਦੀ ਭੈਣ ਵਿਆਹੀ ਹੋਈ ਸੀ ਦਾ ਪਰਿਵਾਰ ਦੇ ਵਿੱਚ ਜੋ ਸੋਹਰੇ ਪਰਿਵਾਰ ਜੋ ਐਮਡੀ ਦੇ ਸੋਹਰੇ ਪਰਿਵਾਰ ਜਿਹੜੇ ਭੈਣ ਦੇ ਸੋਹਰਾ ਪਰਿਵਾਰ ਹੈ ਉਸ ਦੇ ਨਾਲ ਕੁੱਟਮਾਰ ਕਰਦਾ ਸੀ ਤੇ ਇਸ ਕਰਕੇ ਤਿੰਨ ਚਾਰ ਦਿਨ ਪਹਿਲਾਂ ਵੀ ਬਬਲੂ ਦੇ ਭਰਾ ਵੱਲੋਂ ਉਸ ਦੀ ਭੈਣ ਐਮਡੀ ਦੀ ਭੈਣ ਦੇ ਨਾਲ ਕੁੱਟਮਾਰ ਕੀਤੀ ਗਈ ਸੀ ਜੋ ਦੋਸ਼ੀ ਹੈ ਮਲਜ਼ਮ ਹੈ ਉਸ ਦੀ ਭੈਣ ਦੇ ਨਾਲ ਕੁੱਟਮਾਰ ਕੀਤੀ ਸੀ ਕੁੱਟਮਾਰ ਤੋਂ ਬਾਅਦ ਫਿਰ ਇਸ ਦਾ ਬਦਲਾ ਲੈਣ ਦੇ ਲਈ ਮਲਜ਼ਮ ਮੁਹੰਮਦ ਇਸ਼ਤਿਆਕ ਨੇ ਬਬਲੂ ਨੂੰ ਆਪਣੇ ਘਰ ਆਪਣੇ ਰੂਮ ਜਿੱਥੇ ਉਹ ਰਹਿ ਰਿਹਾ ਸੀ ਜਲੰਧਰ ਡਿਵੀਜ਼ਨ ਨੰਬਰ 8 ਦੇ ਅਧੀਨ ਜਿਹੜਾ ਗੱਦੇਈਪੁਰ ਵਿਚ ਰਹਿ ਰਿਹਾ ਸੀ ਜਲੰਧਰ ਦੇ ਵਿੱਚ ਤਾਂ ਉੱਥੇ ਰਾਤ ਨੂੰ ਬੁਲਾਉਂਦਾ ਉਸ ਨੂੰ ਸ਼ਰਾਬ ਪਿਲਾਉਂਦਾ ਬਬਲੂ ਨੂੰ ਮੁਹੰਮਦ ਇਸ਼ਤਿਆਕ ਮੁਲਜ਼ਮ ਬਬਲੂ ਨੂੰ ਸ਼ਰਾਬ ਪਿਲਾਉਂਦਾ ਤੇ ਫਿਰ ਸ਼ਰਾਬ ਸ਼ਰਾਬ ਪਿਲਾਉਣ ਤੋਂ ਬਾਅਦ ਮਫਲਰ ਦੇ ਨਾਲ ਉਸ ਦਾ ਗਲਾ ਘੋਟ ਕੇ ਮਾਰ ਦਿੰਦਾ ਤੇ ਟੈਚੀ ਦੇ ਵਿੱਚ লাশ ਨੂੰ ਪਾ ਕੇ ਰੇਲਵੇ ਸਟੇਸ਼ਨ ਰੇਲ ਦੇ ਵਿੱਚ ਰੱਖਣ ਜਾਂਦਾ ਹੁੰਦਾ ਪਰ ਰੇਲਵੇ ਸਟੇਸ਼ਨ ਤੇ ਭਾਰੀ ਸੁਰੱਖਿਆ ਦੇ ਕਾਰਨ ਉਸ লাশ ਨੂੰ ਡੈੱਡ ਬੋਡੀ ਨੂੰ ਅਟੈਚੀ ਚ ਪਾ ਕੇ ਬਾਹਰ ਹੀ ਸੁੱਟ ਕੇ ਚਲਾ ਜਾਂਦਾ ਹੈ ਤੇ ਉਸ ਤੋਂ ਬਾਅਦ ਪੁਲਿਸ ਨੇ ਇਸ ਕੇਸ ਨੂੰ ਟ੍ਰੇਸ ਕਰਨ ਦਾ ਜਿਹੜਾ ਆ ਉਹ ਦਾਵਾ ਕੀਤਾ ਤਾਂ ਹੁਣ ਨਾਰਕੋ ਟੈਕਸ ਕੰਟਰੋਲ ਬਿਊਰੋ ਚੰਡੀਗੜ੍ਹ ਦੀ ਟੀਮ ਨੇ ਇੱਕ ਵੱਡੀ ਕਾਮਯਾਬੀ ਕੀਤੀ ਇੱਕ ਵੱਡੀ ਰੇਡ ਕੀਤੀ ਹੈ ਉਸ ਦੇ ਵਿੱਚ ਐਨਸੀਬੀ ਦੀ ਹੱਥ ਜਿਹੜੀ ਹੈ 20 ਕਿਲੋ ਤੋਂ ਬਾਅਦ ਹੈਰੋਇਨ ਲੱਗੀ ਹੈ 5 ਲੱਖ 86000 ਰੁਪਏ ਦੀ ਨਗਦੀ ਲੱਗੀ ਹੈ ਤੇ ਕਈ ਸਾਰੇ SIM ਕਾਰਡ ਵੀ ਬਰਾਮਦ ਕੀਤੇ ਨੇ ਐਨਸੀਬੀ ਦੀ ਟੀਮ ਨੇ ਤੇ ਇਸ ਦੀਆਂ ਤਾਰਾ ਜਿਹੜੀਆਂ ਉਹ ਇੰਟਰਨੈਸ਼ਨਲ ਗਰੋਥ ਦੇ ਨਾਲ ਜੁੜਦੇ ਨਜ਼ਰ ਆ ਰਹੀਆਂ ਇਹ ਪਾਕਿਸਤਾਨ ਤੇ ਅਫਗਾਨਿਸਤਾਨ ਦੇ ਨਾਲ ਲਿੰਕਡ ਨੇ ਜੋ ਇੱਕ ਆਪਰੇਸ਼ਨ ਕੀਤਾ ਗਿਆ ਤੇ ਸਿਮਾ ਪਾਰ ਪਾਕਿਸਤਾਨ ਤੋਂ ਜੰਮੂ ਕਸ਼ਮੀਰ ਪੰਜਾਬ ਦੇ ਵਿੱਚ ਇਹ ਨਸ਼ੇ ਦੀ ਤਸਕਰੀ ਕਰ ਰਹੀ ਸੀ ਤੇ ਇਹਨਾਂ ਦਾ ਜੰਮੂ ਤੇ ਪੰਜਾਬ ਦੇ ਵਿੱਚ ਨੈਟਵਰਕ ਸੀ ਤੇ ਇਸ ਦਾ ਜਿਹੜਾ ਮਾਸਟਰ ਮਾਈਂਡ ਹੈ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਦੋ ਹੋਰ ਕਿੰਗਪਿੰਡ ਜਿਹੜੇ ਹੈਗੇ ਉਹਨਾਂ ਦੀ شناخت ਹੋ ਚੁੱਕੀ ਹੈ ਉਹਨਾਂ ਨੂੰ ਜਿਹੜਾ ਆਇਡੈਂਟੀਫਾਈ ਕਰ ਲਿਆ ਗਿਆ ਉਹ ਲੁਧਿਆਣਾ ਦਾ ਰਹਿਣ ਵਾਲਾ ਹੈ ਤੇ ਇਸ ਮਾਮਲੇ ਦੇ ਵਿੱਚ ਹੁਣ ਵੱਡੀ ਕਾਰਵਾਈ ਕੀਤੀ ਜਾਵੇਗੀ